ਅੰਮ੍ਰਿਤਸਰ 'ਚ ਔਰਤਾਂ ਦੇ ਨਾਲ ਲੁੱਟ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਉੱਥੇ ਹੀ ਹੁਣ ਅੰਮ੍ਰਿਤਸਰ ਦੇ ਪਵਨ ਨਗਰ ਤੋਂ ਮਾਮਲਾ ਸਾਹਮਣੇ ਹੈ, ਜਿੱਥੇ ਕਿ ਇੱਕ ਮਹਿਲਾ ਆਪਣੇ ਪੇਕੇ ਆਈ ਸੀ ਅਤੇ ਜਿਵੇਂ ਹੀ ਉਹ ਘਰ ਦੇ ਬਾਹਰ ਪਹੁੰਚੀ ਤਾਂ ਦੋ ਨੌਜਵਾਨ ਜੋ ਉਸਦਾ ਪਿੱਛਾ ਕਰ ਰਹੇ ਸੀ, ਉਹਨਾਂ ਨੇ ਮਹਿਲਾ ਦੇ ਕੋਲ ਜਾ ਕੇ ਉਸਦਾ ਪਰਸ ਖੋਇਆ ਅਤੇ ਫਰਾਰ ਹੋ ਗਏ। ਉੱਥੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਰੋਪੀਆਂ ਦੀ ਪਛਾਣ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਇਹ ਜੀ ਪੰਕਿਲਾ ਕੁਮਾਰ, ਇਹ ਭਾਂਬੜੀ ਲੜਕੀ ਹੈ ਤੇ ਪਤਨੀ ਪੰਕਜ ਭਾਂਬੜੀ, ਪ੍ਰੇਮ ਨਗਰ ਵਿਆਹੀ ਆ ਮਜੀਠਾ ਰੋਡ ਤੇ। ਇਹ BBA DAV ਕਾਲਜ ਲਾਂਸ ਰੋਡ ਤੇ ਅਸਿਸਟੈਂਟ ਪ੍ਰੋਫੈਸਰ ਲੱਗੀ। ਇਹ ਕਰੀਬ 3 ਵਜੇ ਛੁੱਟੀ ਕਰਕੇ ਤਾਂ ਆਪਣੇ ਘਰ ਨੂੰ ਆ ਰਹੀ, ਗਲੀ ਨੰਬਰ 14 ਨਿਊ ਪਵਨ ਨਗਰ। ਜਦੋਂ ਆਪਣੇ ਘਰ ਦੇ ਬੂਹੇ ਗੜੀ ਆਣ ਕੇ ਰੁਕੀ ਤੇ ਪਿੱਛੋਂ 2 ਨੌਜਵਾਨ ਆਏ ਮੋਟਰਸਾਈਕਲ ਤੇ ਤੇ ਇਹਦਾ ਐਕਟਿਵਾ ਦੇ ਵਿੱਚੋਂ ਪਰਸ ਖੋ ਕੇ ਤੇ ਭੱਜ ਗਏ। ਹਾਂਜੀ, ਜਿਨ੍ਹਾਂ ਦੇ ਖਿਲਾਫ ਮੈਂ FIR ਦਰਜ ਕਰਾਤੀ ਹੈ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਹੈ। ਦਿਨ ਬ ਦਿਨ ਹੋ ਰਹੀਆਂ ਲੁੱਟਾਂ ਤੇ ਲੁਟੇਰਿਆਂ ਦੇ ਵੱਧਦੇ ਹੌਸਲਿਆਂ ਤੋਂ ਇਹ ਗੱਲ ਸਾਫ਼ ਹੈ ਕਿ ਹੁਣ ਕੋਈ ਵੀ ਵਿਅਕਤੀ ਆਪਣੇ ਘਰ ਦੇ ਬਾਹਰ ਵੀ ਸੁਰੱਖਿਅਤ ਨਹੀਂ ਹੈ ਤੇ ਪੁਲਿਸ ਸਿਵਾਏ ਜਾਂਚ ਤੋਂ ਕੁਝ ਨਹੀਂ ਕਰ ਪਾ ਰਹੀ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ, SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ। ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ, ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ।